ਲਓ ਵੀ ਬਾਈ, ਅੱਜ ਆਪਾਂ ਪਹੁੰਚਿਆ ਰਾਜਪੁਰੇ ਕਿਸਾਨ ਮੇਲੇ ਤੇ ਆਪਣੇ ਟਰੈਕਟਰ ਸਾਡੇ ਜੀ ਦੇ ਵਿੱਚ ਥੋੜਾ ਸਵਾਗਤ ਹੈ ਸਾਰਿਆਂ ਦਾ ਆਪਣੀ ਵੀਡੀਓ ਚ ਬਾਰੇ ਜਾਣਕਾਰੀ ਪ੍ਰਾਪਤ ਆਪਾਂ ਹੋ ਤਾਂ ਵੈਸੇ ਥੋੜੇ ਜਿਹਾ ਲੇਟ ਹੈਗਾ ਥੋੜਾ ਸ਼ੋਰ ਚੱਲ ਰਿਹਾ ਸੀ ਸਵੇਰੇ ਤਾਂ ਕਰਕੇ ਲੇਟ ਹੋ ਗਏ ਹੁਣ ਤੁਹਾਨੂੰ ਦਿਖਾਉਣੇ ਆ ਸਾਰਾ ਸਾਰੀ ਮਸ਼ੀਨਰੀ ਸਾਰੇ ਬੀਜ ਸਾਰੇ ਇੰਪਲੀਮੈਂਟਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਆਪਾਂ ਨੇ ਵੀ ਦੋ ਕਿਸਾਨ ਦਾ ਲੈਣ ਲੈ ਜੇ ਆਪਣਾ ਸੌਦਾ ਬਣ ਗਿਆ ਤਾਂ ਹੋ ਸਕਦਾ ਵੀ ਲੈ ਲਈਏ ਬੱਦਲ ਵੀ ਹੋ ਗਿਆ ਪਾਣੀ ਘਾਟਾ ਚੜ ਗਈ ਤੇ ਇੱਧਰ ਬੀਕੇਟੀ ਦੇ ਟਾਇਰ ਸੱਤੇ ਸਾਰੀਆਂ ਮਤਲਬ ਟਾਇਰਾਂ ਦੀਆਂ ਕੁਆਲਿਟੀਆਂ ਸਾਈਜ਼ ਅਸਲ ਮੇਲਾ ਹੁੰਦਾ ਆਪਣੇ ਟਰੈਕਟਰ ਵਾਲੇ ਉਧਰ ਨੇ ਆਪਣੇ ਹੌਲੈਂਡ ਵਾਲੇ ਆ ਗਏ 2016 ਸਾਰੇ ਟਾਇਰਾਂ ਦੀ ਉਹ ਟਾਇਰ ਦੇਖ ਸਕਦੇ ਉਹ ਟਾਇਰ ਕਾਹਦਾ ਆ ਉਹ ਜਿਹੜਾ ਮੈਂ ਫਿਊਚਰ ਚ ਟਰੱਕ ਲਿਆਉਣਾ ਉਹਦਾ ਹੈ ਸਹੀ ਗੱਲ ਹੈ ਬਾਈ ਕਿਸੇ ਇੱਧਰ ਆਪਣੇ ਕਰਤਾਰ ਵਾਲੇ ਬਾਈ ਆਪਣੇ ਪਤਾ ਹੀ ਭਾਰਸ ਵਾਲੇ ਕਰਤਾਰ ਵਾਲਿਆਂ ਨੇ ਟਰੈਕਟਰ ਚ ਸੋਧ ਬਹੁਤ ਜ਼ਿਆਦਾ ਕਰਤੀ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਇਹਨੂੰ ਖਰੀਦ ਸਕਦਾ ਹੁਣ ਮਹਿੰਗਾ ਜ਼ਰੂਰ ਹੈ ਕੁਆਲਿਟੀ ਬਹੁਤ ਵਧੀਆ ਸਾਰੀ ਕੁਆਲਿਟੀ ਪੂਰੀ ਕਰਾਰੋ ਕਰੂਰੋ ਐਨ ਓਕੇ ਰਿਪੋਰਟ ਕਰੀ ਵੀ ਪੂਰੀ ਸਿਰਾ ਗੱਲਬਾਤ ਆਪਣੇ ਲਾਂਚ ਹੋ ਗਿਆ ਪੰਜਾਬ ਚ ਹਾਂ ਹਾਂ ਲੈ ਖਰੀਦ ਸਕਦੇ ਹਾਂ ਹੁਣ ਆਪਾਂ ਠੀਕ ਹੈ ਠੀਕ ਹੈ ਉਹ CRDI ਕੱਢਿਆ K75 ਠੀਕ ਹੈ ਠੀਕ ਹੈ ਇਹ ਮੈਨੂੰ ਲੱਗਦਾ ਕਿਹੜੇ ਮਾਡਲ ਨੇ ਸੱਤੇ ਇਹ ਉਹ K75 ਆ CRDI ਹਾਂ ਇਹ ਮੈਨੂੰ ਲੱਗਦਾ ਨੌਨ ਸੀ ਹਾਂ ਇਹ ਮੈਕੋ ਆ ਇਹ 4x4 ਆ ਉਹ ਵੀ 4x4 ਲਿਆ ਸੱਤਰ ਦੇਖੋ ਕਿੰਨੀ ਕਰਤਾਰ ਦਾ ਬੇਲਰ ਆ ਗਿਆ ਆਪਣਾ ਆ ਗਈ ਚਾਰ ਵਾਲੀ ਉਹ ਆ ਗਿਆ ਰੈਕ ਉਹ ਆ ਗਈ ਮਸ਼ੀਨ ਮਸ਼ੀਨ ਬਾਰੇ ਤਾਂ ਕੁਛ ਕਹਿਣ ਦੀ ਲੋੜ ਹੀ ਨੀ ਪਤਾ ਹੀ ਆ ਪਹਿਲੀ ਮਸ਼ੀਨ ਦੀ ਬਾਬੇ ਉਹ ਕਰਤਾਰ ਜਿਹੜੀ ਪਹਿਲੀ ਕੰਪੈਨ ਬਣੀ ਸੀ ਤੇ ਆਪਣੇ ਏਰੀਏ ਚ ਤੇ ਪੰਜਾਬ ਚ ਸਾਰੇ ਚ ਤੇ ਬਾਬੇ ਉਹ ਸਟੈਂਡਰਡ ਕੰਪਨੀ ਦੀ ਜਿਹੜੀ ਮਸ਼ੀਨ ਆ ਮਤਲਬ ਆਪਣੇ ਆਪ ਤੂੜੀ ਵਿੱਚੇ ਆਹ ਬਕਸਾ ਜਿਹਾ ਇਹਨਾਂ ਨੇ ਲਾ ਤਾ ਇਹ ਆਪਾਂ ਕਰ ਚੱਕ ਇਹਨੂੰ ਡੰਪ ਕਰ ਸਕਦੇ ਜਿਵੇਂ ਜਿਹੜੇ ਵੀਰ ਉਹ ਖੇਤ 'ਚ ਢੇਰੀਆਂ ਲਾਉਂਦੇ ਨੇ ਉਹ ਖੜੇ ਨੇ ਉਹ ਆ ਗਿਆ ਸੰਗਰੀਆ ਸਰਵਣ 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 ਸੰਗਰੀਆ ਸੰਗਰੀਆ ਹੀ ਆ ਉਹੀ ਆ ਤੇ ਲਓ ਵੀ ਬਾਈ ਆਪਣੇ ਦੇਖੀਏ ਆਪਣੀ ਦੇਖਣ ਵਾਲੀ ਚੀਜ਼ ਦੇਖੋ ਆਪਾਂ ਇਹਦਾ ਰੇਟ ਕਰ ਪਤਾ ਰੇਟ ਇਹਦਾ ਹੈਗਾ ਮੇਲੇ ਦਾ 25,000 ਵੀ ਰੇਟ ਪਾ ਰੱਖਿਆ ਇਹਦਾ ਇਹਦਾ ਵੱਧ ਹੋਊ ਇਹ ਮਤਲਬ ਜਿਵੇਂ ਆਪਾਂ ਘੁਮਾਉਣੇ ਘੁਮਾਉਣੇ ਆ ਇੱਥੋਂ ਹੀ ਘੁੰਮ ਘੁੰਮਾ ਜਾਂਦਾ ਜਿਹੜਾ ਸਿੰਗਲ ਹਾਲ ਆ ਇਹਦਾ ਹੈਗਾ 17,000 35 ਆ ਬਾਈ 35,000 ਇਹਦਾ ਇਹ ਇਹਨਾਂ ਦੇ ਵੈਸੇ ਰੇਟ ਥੋੜ੍ਹੇ ਜਿਹੇ
ਜ਼ਿਆਦਾ ਹੁੰਦੇ ਨੇ ਪਰ ਕੁਆਲਿਟੀ ਦਿੰਦੇ ਨੇ ਪੂਰੀ ਟੌਪ ਦੀ। ਠੀਕ ਆ, ਆਹ ਦੇਖੋ ਆਪਾਂ ਨੇ ਪਿਛਲੇ ਸਾਲ ਚਲਾ ਕੇ ਤੁਹਾਨੂੰ ਦਿਖਾਏ ਤੇ ਉਹੀ ਚੀਜ਼ ਆ ਇਹ ਸੰਗਰੀਆ। ਕਿੰਨਾ ਰੇਟ ਆ? 1.55। ਇੱਧਰ ਹੈਰੋ ਖੜੀ ਆ, ਉੱਧਰ ਉਦੋਂ ਵੀ ਵੱਡੀ ਹੈਰੋ ਖੜੀ ਆ, ਸਾਰਾ ਕੁਛ ਆਟੋਮੈਟਿਕ ਹੈ। ਉਹ ਖੜੇ ਨੇ ਪ੍ਰੈਸ਼ਰ ਹਾਲ, ਉਹ ਪ੍ਰੈਸ਼ਰ ਹਾਲ ਨੇ, ਜੈਕ ਲੱਗਿਆ ਕਹਿੰਦੇ। ਇਹਨਾਂ ਦੀ ਕਿੰਨੀ ਕੀਮਤ ਹੈ? ਕਿੰਨੇ ਨੇ? 17 ਇਹ ਹੈਗੇ ਨੇ 1,10,000 ਦੇ, 15 ਹੀ ਲੱਗਦੇ ਨੇ ਮੈਨੂੰ। ਨਹੀਂ, 6,05,11 ਅਤੇ 3,14,17 ਨੇ। 17 ਨੇ? ਹਾਂ 17 ਨੇ। ਚਲੋ ਫਿਰ ਇਹ ਕੀ ਪ੍ਰੋਜੈਕਟ ਆ? ਇਹ ਮੱਕੀ ਮੁੱਕੀ ਵੱਢਣ ਵਾਲਾ, ਕੁਛ ਵੀ ਕੋਈ ਵੀ ਆਪਾਂ ਨੇ ਫਸਲ ਦੀ ਕਟਾਈ ਕਰਨੀ ਆ। ਇਹ ਮਤਲਬ ਪਿੱਛੇ ਨੂੰ ਚੱਲੂਗਾ, ਇਹ ਅੱਗੇ ਨੂੰ ਚੱਲਦਾ। ਇਹ ਜਿਵੇਂ ਆਪਾਂ ਫਾਰਮਿੰਗ ਰਿਲੇਟਡ ਨੇ ਜਿਹੜੇ, ਇਹ ਜਿਵੇਂ ਆਪਾਂ ਨੇ ਮੂੰਗੀ ਮਾਂਗੀ ਵੱਢਣੀ ਆ, ਕੋਈ ਚੀਜ਼ ਆਪਾਂ ਨੇ ਵੱਢ ਕੇ ਰੱਖਣੀ ਹੁੰਦੀ ਆ, ਤੇ ਉਹਦੇ ਵਾਸਤੇ ਵੱਢ ਕੇ ਸਾਈਡ ਤੇ ਨੂੰ ਰੁੱਗ ਕੱਢਦਾ ਉਹਦਾ। ਠੀਕ ਆ ਗਿਆ, ਜਗਤਜੀਤ ਆ ਗਿਆ, ਜਗਤਜੀਤ ਆ ਗਏ ਬਾਬਿਓ। ਆਹ ਕੀ ਜਗਾੜ ਆ? ਜਗਤਜੀਤ ਦਾ ਸੁਪਰ ਸੀਡਰ ਆ ਤੇਜੀ। ਆਹ ਕੀ ਜਗਾੜ ਆ? ਜਿਹੜੀਆਂ ਗੱਠਾਂ ਬਣਦੀਆਂ ਨੇ ਉਹੋ ਜਿਹਾ ਹੁੰਦਾ। ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਮਤਲਬ ਜਿਨ੍ਹਾਂ ਦੇ ਬਜਟ ਵੱਡੇ ਨੇ, ਉਹਨਾਂ ਦੀ ਗੱਬੇ ਵੱਡੀ ਸਟੇਜ ਲੱਗੀ ਹੋਈ ਹੈ। ਬਾਕੀ ਇਹ ਸਾਈਡਾਂ ਦੇ ਦੁਕਾਨਾਂ ਨੇ ਜਿਹੜੇ ਛੋਟੇ ਨੇ ਵਿਚਾਰੇ, ਹਲੇ ਜਿਹੜੇ ਆਪਣੇ ਮੰਗ ਸੈਕਟਰਾਂ ਦੇ ਵਿੱਚ ਨੇ। ਕਿਆ ਆ ਗਿਆ ਮੇਰੇ ਵੀਰ? 12, ਇਹ 11-12 ਫੁੱਟ ਦਾ ਸੁਪਰ ਸੀਡਰ ਆ। ਸਹੀ ਗੱਲ। ਉਹ ਕਿਹੜੇ ਆ ਗਏ? ਸਾਧੂ ਸਿੰਘ ਵਾਲੇ ਦੇ ਹਾਲ ਆ ਗਏ। ਇਹਨੂੰ ਕੌਣ ਚਲਾਉਦੇ ਜੀ? ਇਹਨੂੰ ਕੌਣ ਚਲਾਊ? ਇਹਨੂੰ ਵੱਡੇ ਹੌਲੈਂਡ, ਵੱਡੇ ਟਰੈਕਟਰ ਆ ਕਿਹੜਾ ਆ ਗਿਆ? ਐਗਰੀ ਜ਼ੋਨ ਵੀ ਆ ਗਿਆ। ਚੱਲ ਚਲੋ ਜੀ, ਫਿਰ ਪਹਿਲਾਂ ਐਗਰੀ ਜ਼ੋਨ ਘੁੰਮ ਲਾਣੇ। ਹਾਂ, ਪਹਿਲਾਂ ਆਪਾਂ ਉਹ ਸਰਬਣ ਸਿੰਘ, ਸਰਬਣ ਸਿੰਘ ਸੰਗਰੀਆ ਦੀ ਆ, ਸਾਧੂ ਸਿੰਘ ਸੰਗਰੀਆ ਆ ਗਿਆ। ਇਹ ਦੋਹੇ ਸੰਗਰੀਆ ਦੇ? ਇਹ ਸੰਗਰੀਆ ਦੇ ਨੇ, ਇਹ ਭਾਈ ਭਾਈ ਨੇ। ਹਾਂ, ਰਾਜਸਥਾਨ 'ਚ ਪੈਂਦਾ ਇਹ। ਠੀਕ ਹੈ, ਸੰਗਰੀਆ ਰਾਜਸਥਾਨ। ਅਤੇ ਹੁਣ ਆਪਾਂ ਇੱਧਰ ਆ ਗਏ ਬਾਈ, ਐਗਰੀ ਜ਼ੋਨ, ਐਗਰੀ ਜ਼ੋਨ ਵਾਲੇ, ਐਗਰੀ ਜ਼ੋਨ ਵਾਲੇ ਆ ਗਏ। ਬੁੱਲਰ ਬੁੱਲਰ ਸਾਰਾ ਕੁਛ ਖੜਾ ਉਰੇ। ਠੀਕ ਹੈ, ਆਹ ਗੰਨਾ ਕੁੱਟਣ ਵਾਲੇ ਪ੍ਰੋਜੈਕਟ ਵਧੀਆ, ਇਹਨਾਂ ਦੇ ਹਲਾਂ ਵਾਲੇ ਨੇ। ਇਹਨਾਂ ਨੇ ਵੀ ਕੱਢਤੀ ਉਹ ਦੇ ਜੀ 2 ਸਾਲ ਸੁਪਰ ਸੀਡਰ ਦੀ ਮਸ਼ੀਨ ਉਹਦੇ ਵਾਲੀ ਵੈਕਿਊਮ। ਸਹੀ ਗੱਲ ਆ। ਰੇਟ ਕਿੰਨੇ ਫੁੱਟ ਆ ਇਹ? ਇਹ 2 ਸਾਲ ਦੀ ਵਾਰੰਟੀ ਆ, ਵਾਰੰਟੀ 8x1 30 ਦਾ ਡਿਸਕਾਊਂਟ, 5 ਦਾ 9x1 40 ਦਾ ਡਿਸਕਾਊਂਟ, 5,000 ਦਾ। ਸਹੀ ਗੱਲ ਆ। ਇਹ ਹੈਗਾ 2x25 ਦਾ। ਠੀਕ ਆ, ਠੀਕ ਆ। 12x2 35 ਦਾ, 12 ਹੋਊਗਾ ਤਾਂ। ਉਹ ਮਸ਼ੀਨ ਆ ਗਈ ਮੱਕੀ ਬੀਜਣ ਵਾਲੀ, ਸਾਰਾ ਕੁਛ ਮਟਰ ਮੁਟਰ ਜਿਹੜਾ ਕੁਛ ਵੀ ਆਪਾਂ ਬੀਜਣ। ਲੇਜ਼ਰ ਦੇਖੀ ਸੁੱਤੇ ਕਿੰਨੇ ਦੇ ਇਹਨਾਂ ਦਾ? ਲੇਜ਼ਰ 270-280। ਆਪਾਂ ਕਿੰਨੇ ਦੇ ਲਿਆਂਦਾ? ਲਵੇ ਜੀ ਅਮਾਊਂਟ ਦੱਸ ਦੇ ਮਾੜੀ ਜੀ, ਸਹੀ ਨਾ ਦੱਸ ਵੀ 10-15 ਉੱਤੇ ਥੱਲੇ ਆਪਾਂ ਨੇ ਲਿਆ ਯਾਰ। ਯਾਰ ਆਪਣਾ ਮੇਨ ਗੱਲ ਪਤਾ ਕੀ, ਹਰੇਕ ਬੰਦਾ ਆਪਾਂ ਤੋਂ ਰੇਟ ਪੁੱਛਦਾ ਆਪਾਂ ਚੀਜ਼ ਲਿਆਉਂਦੇ, ਆਪਾਂ ਨੂੰ ਥੋੜ੍ਹੇ ਆਹ ਚੀਜ਼ ਕਰਕੇ ਫਾਇਦਾ ਹੋ ਜਾਂਦਾ। 2.45 ਦਾ, 2.25 ਦਾ, 2.45 ਦਾ। ਜਿੰਨੀ ਤੁਸੀਂ ਬਾਰਗੇਨਿੰਗ ਕਰ ਸਕਦੇ। ਆਹ ਦੇਖੋ ਕਿੱਥੇ ਚਾੜ ਕੇ ਖੜਾਇਆ ਇਹਨਾਂ ਨੇ, PDC ਜਗਤਜੀਤ ਵਾਲਿਆਂ ਦੇ ਰੀਪਰ ਚਾੜੇ ਹੋਏ ਤੇ ਉਹਨਾਂ ਨੇ ਲਾ ਲਏ ਮੈਨੂੰ ਲੱਗਦਾ। ਚਾੜੇ ਵੇ ਦੀ ਉਹਨਾਂ ਦੇ ਬਹੁਤ ਉੱਚੇ ਚਾੜੇ ਹੋਏ ਤੇ ਰੀਪਰ। ਠੀਕ ਹੈ, ਠੀਕ ਹੈ। ਇਹ PDC ਵਾਲੇ ਆ ਗਏ। ਇਹ PDC ਵਾਲੇ ਆਪਣੇ ਕਿਹੜੇ ਨੇ? ਇਹ ਉਹ ਹੈ ਪੰਜਾਬ ਸਰਕਾਰ ਦੀ ਆ ਇਹ।
ਅੱਛਾ ਹਾਂ ਉਹ ਆ ਇਹ ਉਹ ਕੰਪਨੀ ਮੈਨੂੰ ਲੱਗਦਾ ਨਹੀਂ ਸੱਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਆ ਕੰਪਨੀ ਇਹ ਜਿਹੜੀ ਵੀ ਚੀਜ਼ ਨਵੀਂ ਬਣਦੀ ਆ ਪਹਿਲਾਂ PDC ਦੀ ਲਾਂਚ ਹੁੰਦੀ ਹੁੰਦੀ ਆ ਠੀਕ ਹੈ ਸਾਰੀਆਂ ਚੀਜ਼ਾਂ ਪਹਿਲਾਂ PDC ਦੀਆਂ ਹੀ ਆਈਆਂ ਨੇ ਓਕੇ ਓਕੇ ਚੱਲ ਵਧੀਆ ਫਿਰ ਤਾਂ ਅਸੀਂ ਤਾਂ ਦੇਖ ਇਹਨਾਂ ਦਾ ਉਹ ਵੀ ਤਾਂ ਦੇਖ ਵੀ ਕਿੰਨਾ ਬੜਾ ਉੱਧਰ ਦੀ ਘੁੰਮ ਲਾਂਗੇ ਉਹ ਰਹਿ ਗਿਆ ਜਿਹੜਾ ਕਾਫੀ ਵੱਡਾ ਮਿੱਲ ਆ ਹਨਾ ਬਾਕੀ ਹੁਣ ਇਹਨਾਂ ਦਾ ਮਟੀਰੀਅਲ ਬਹੁਤ ਜ਼ਿਆਦਾ ਬੜਾ ਕਿਉਂ ਇਹ ਸਰਕਾਰ ਅੰਡਰ ਆਉਂਦੀ ਆ ਹਾਂ ਇਹਨਾਂ ਦਾ ਮਤਲਬ ਸਾਰਿਆਂ ਨੂੰ ਵੱਡੀ ਸਟਾਲ ਇਹਨਾਂ ਦੀ ਆ ਯਾਰ ਸਾਰਿਆਂ ਨੂੰ ਪਹਿਲਾਂ ਮਤਲਬ ਜਿਹੜਾ ਵੀ ਕੁਝ ਬਣਦਾ ਏ ਜਿਹੜੀ ਵੀ ਚੀਜ਼ ਤੇ ਸਰਕਾਰ ਐਕਸਪੈਰੀਮੈਂਟ ਕਰਦੀ ਆ ਕੋਈ ਪਰਾਲੀ ਵਾਲੀ ਤੇ ਕੋਈ ਗੱਠਾਂ ਵਾਲੀ ਤੇ ਉਹ ਸਾਰਾ ਕੁਝ ਪਹਿਲਾਂ ਇਹਨਾਂ ਦਾ ਮਤਲਬ ਪਾਸ ਹੁੰਦਾ ਉਹ ਠੀਕ ਹਾਂ ਫੇਰ ਉਹ ਦੂਜੀਆਂ ਤਾਂ ਕੰਪਨੀਆਂ ਤਕਨੀਕ ਲੈ ਕੇ ਲਾ ਲਾ ਮਤਲਬ ਹਾਂ ਪੰਜਾਬ ਯੂਨੀਵਰਸਿਟੀ ਖੇਤੀਬਾੜੀ ਅਰੇ ਪਾਉਣ ਵਾਲਾ 50 ਦਾ ਬਾਈ ਇੱਕ ਗਰਮੀ ਬਹੁਤ ਆ ਚੱਲ ਹੁਣ ਤਾਂ ਹਵਾ ਚੱਲ ਪਈ ਮੌਸਮ ਬਹੁਤ ਵਧੀਆ ਹੋ ਗਿਆ ਪਰ ਫਿਰ ਵੀ ਇਹ ਮੇਰੇ ਹਿਸਾਬ ਨਾਲ ਸਿਆਲ 'ਚ ਚਾਹੀਦਾ ਰੇਟ ਕੱਠ ਦੁੱਗਣਾ ਹੋ ਗਿਆ ਨੇੜੇ ਤੇ ਨਹੀਂ ਸਿਆਲ 'ਚ ਵੀ ਹੁੰਦੇ ਨੇ ਮੇਲੇ ਹੁੰਦੇ ਤਾਂ ਸਹੀ ਨੇ ਪਰ ਫਿਰ ਵੀ ਗਰਮੀ 'ਚ ਥੋੜ੍ਹਾ ਜਿਹਾ ਘੱਟ ਹੋ ਜਾਂਦਾ ਪਤਾ ਕੀ ਗੱਲ ਆ ਜਿਹੜੀ ਆ ਉਹ ਹੁੰਦੀ ਆ ਹੈਲੋ ਆ ਜਾ ਅਸੀਂ ਉਹੀ ਵਿਚਾਲੇ ਵਾਲੀ ਲਾਈਨ 'ਚ PDC ਵਾਲਿਆਂ ਦੇ ਖੜੇ ਆ ਜਿੱਥੇ ਉਹ ਰੂਟਾਵੇਟਰ ਉੱਪਰ ਟੰਗੇ ਹੋਏ ਨੇ ਸੁਪਰ ਸੀਡਰ ਸਾਡਾ ਇੱਕ ਗੱਡੀ 'ਚ ਗਿਆ ਦੀ ਮੈਂ ਕਿਹਾ ਏਅਰਪੋਰਟ ਗੱਡੀ 'ਚ ਆ ਗਿਆ ਕਿੱਥੇ ਗਾ ਏਅਰਪੋਰਟ ਘਰੇ ਰਹਿ ਗਈ ਇਹ ਵੀ ਸਾਲਾ ਪੰਗਾ ਹੀ ਆ ਬਾਈ ਹੁਣ ਤੁਹਾਨੂੰ ਦਸ਼ਮੇਸ਼ ਵਾਲਿਆਂ ਦੀ AC ਕੈਬਨ ਮਸ਼ੀਨ ਦਿਖਾਉਂਦੇ ਆ ਇਹ ਬਾਬੇ ਉਹ ਪੂਰਾ ਮਤਲਬ ਮੇਲੇ ਤੇ ਪਹਿਲੀ AC ਕੈਬਨ ਮਸ਼ੀਨ ਆਈ ਵੀ ਆ ਫੁੱਲ ਇਹਦੀ ਕੁਆਲਿਟੀ ਮੱਕੀ ਵਾਲਾ ਕੱਟ ਰਿਹਾ ਇਹਦੇ ਮੂਹਰੇ ਤੇ ਕੈਬਨ ਦੀ ਕੁਆਲਿਟੀ ਦੇਖੋ ਤੁਸੀਂ ਕੈਬਨ ਹੁਣ ਆਪਣੇ ਟਰੈਕਟਰ ਸਿਰਾ ਗੱਲਬਾਤ ਤੇ ਜਿਹੜੀ ਮਤਲਬ ਇਹ ਕੰਪਨੀ ਫਿੱਟਡ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੀ ਮਤਲਬ ਗੱਲਬਾਤ ਵੱਖਰੀ ਹੁੰਦੀ ਆ ਆਹ ਦੇਖ ਸਕਦੇ ਤੁਸੀਂ ਵਿੱਚੋਂ ਦੇਖ ਪਰ ਗਰਮੈਸ਼ ਲੈ ਇਹ ਵੀ ਹੈਗੀ ਤਾਂ AC ਹੈ ਪੂਰੀ ਕਰਕੇ ਸਾਡੇ ਮਾਮਨ ਦਾ ਫੜਾ ਦੇ ਉਰੀ ਲੀਵਰ ਲੋਕ ਸਾਰਾ ਕੁਝ ਪੂਰੀ ਫੜਾ ਦੇ ਮੈਂ ਤੁਹਾਨੂੰ ਦਿੱਕਤ ਦੇ ਬਾਕੀ ਆਪਣਾ ਟਰੈਕਟਰ ਵੀ ਆ ਜਾਣਾ ਥੋੜ੍ਹੇ ਜਿਹੇ ਦਿਨਾਂ ਤੱਕ ਕੈਬਲ ਲੱਗ ਗਏ ਫਿਰ ਉਦੋਂ ਬਾਅਦ ਤੁਹਾਨੂੰ ਉਹਦੀ ਵੀ ਦਿਖਾਵਾਂ ਵੀ ਕੁਆਲਿਟੀ ਵਧੀਆ ਜਾਣੀ ਯਾਰ ਅਤੇ ਉਹ ਬਾਈ ਕੋਲ ਆ ਜਿਹੜਾ ਇੱਕ ਨੇਜਰ ਇੰਸਟਾਗ੍ਰਾਮ 'ਤੇ ਬਾਈ ਉਹਦੇ ਲਈ ਹੈਗਾ ਪੈਣ ਬਾਈ ਆਹ ਡੈਰੀ ਫਾਰਮਾਂ ਵਾਸਤੇ ਬਹੁਤ ਸਿਰੇ ਦਾ ਪ੍ਰੋਜੈਕਟ ਆ ਸਿਰੇ ਲੱਗ ਜਾਂਦਾ ਇਹ ਚਾਰ 'ਚ ਜਿਵੇਂ ਬਾਹਰਲੇ ਦੇਸ਼ ਆਏ ਪ੍ਰੋਜੈਕਟ ਉਵੇਂ ਆ ਇੱਧਰ ਫਿਰ ਇਹ ਇਹਦਾ ਆਪਣੇ ਪਾਰਸੋਂ 'ਚ ਬਣਦਾ ਉਹਨਾਂ ਦਾ ਸਾਰਿਆਂ ਤੋਂ ਵੱਧ ਮਸ਼ਹੂਰ ਆ ਆਪਣੇ ਪਾਰਸੋਂ ਵਾਲਿਆਂ ਦਾ ਇੱਧਰ ਆਹ ਦੂਜੀ ਆ ਗਈ ਉਹ ਕਿਹੜੇ ਨੇ ਬਾਈ ਇਹ ਆ ਗਏ ਪ੍ਰਾਈਮ ਵਾਲੇ ਆ ਗਿਆ ਬਾਈ ਪ੍ਰਾਈਮ ਵਾਲਾ ਸੂਰੀਆਂ ਪਤਾ ਕਰਵਾ ਜਾਓ ਰੋਟਾ ਆਪਾਂ ਨੇ ਰੋਟਾਵੇਟਰ ਤੇ ਪਾਉਣੀਆਂ ਨੇ ਹਨਾ ਪਾਉਣੀਆਂ ਪੈਣਗੀਆਂ ਕੀ ਰੇਟ ਪਰ ਪੈਣਗੀਆਂ ਇਹ ਉਹਨਾਂ ਦੀ ਨੇ ਕਿ ਕਿਸੇ ਹੋਰ ਦੀ ਪ੍ਰਾਈਮ ਵਾਲੇ ਇੱਧਰ ਬੰਦੇ ਆ ਪ੍ਰਾਈਮ ਐਗਰੀ ਟੈਕ ਵਾਲੇ ਨੇ ਸਾਰੀਆਂ ਬਾਈ ਆਪਣੇ ਹੱਥਾਂ ਦੀ ਕਾਰੀਗਰੀ ਆ ਹੱਥਾਂ ਨਾਲ ਬਣਾਈਆਂ ਵੀ ਨੇ ਤਰਸੇਮ ਰਾਹੀ ਦੀਆਂ ਬਣਾਈਆਂ ਵੀ ਨੇ ਬਾਈ ਬਹੁਤ ਵਧੀਆ ਨੇ ਆਹ ਬਾਈ ਕਿਤਾਬ ਹੱਟ ਮੂਸਾ ਮਾਨਸਾ ਮਨਜਿੰਦਰ ਮਾਖੇ ਉਹਨਾਂ ਦਾ ਬਾਈ ਉਹਨਾਂ ਦਾ ਉਹ ਕਿਤਾਬਾਂ ਜਿਹੜੀ ਵੀ ਤੁਹਾਨੂੰ ਕਿਤਾਬ ਚਾਹੀਦੀ ਹੈ ਸਾਰੀਆਂ ਲੈ ਸਕਦੇ ਹੋ
ਮਹਾ ਆਪਾਂ ਹੀ ਮੇਲੇ ਵਿਛੜੇ ਤੇ ਆਏ ਕਿ ਮੇਲੇ ਹੀ ਵਿਛੜ ਗਏ? ਮੇਲਾ ਪਤਾ ਕੀ ਆ, ਮੇਲਾ ਹੋ ਗਿਆ ਦੋ ਦਿਨ ਦਾ। ਹਾਂ, ਕੁਛ ਤਾਂ ਕੱਲ੍ਹ ਦੇਖ ਕੇ ਲੋਕ ਕੁਛ ਅੱਜ, ਉਹਦੇ ਕਰਕੇ ਥੋੜ੍ਹੀ ਜਿਹੀ ਭੀੜ ਚਹਿਲ ਪਹਿਲ ਘੱਟ ਆ। ਸਹੀ ਗੱਲ ਹੈ, ਇੱਧਰ ਫਲ ਬੂਟੇ ਲਾ ਰੱਖੇ ਸਾਰਾ ਸਟੋਕ। ਆਹ ਕਿਹੜੇ ਆ ਗਏ ਮੁੰਡੇ? ਇਹਦਾ ਆਪਣੀ, ਇਹਦਾ ਆਪਣੇ ਆ ਗਏ ਬੰਦੇ, ਮੁੰਡੇ ਆ ਗਏ ਸਹੌਲੀ, ਇਹ ਆਪਣੇ ਲਵੀ, ਇਹ ਵੀ ਆਪਣੇ ਲਵੇ ਆ। ਉਹ ਵੀ ਬਾਈ, ਹੁਣ ਫੀਡ ਬਾਰੇ ਜਾਣਕਾਰੀ ਦਊ ਆਪਾਂ, ਆਹੀ ਦੱਸ ਦੂ। ਸਟਾਰਟ ਕਰ ਦੇ। ਹਾਂ ਹਾਂ, ਸਟਾਰਟ ਆ। ਆਪਣੀ ਨਾ ਈਸ਼ਾਨ ਪਸ਼ੂ ਆਹਾਰ ਆਉਂਦੀ ਆ, ਈਸ਼ਾਨ ਪਸ਼ੂ ਖੁਰਾਕ ਕੈਟਲ ਫੀਡ। ਇਹਦੇ ਵਿੱਚ ਨਾ ਅਸੀਂ ਜਿਹੜਾ ਪ੍ਰੋਗਰਾਮ ਚਲਾ ਰਹੇ ਹਾਂ, 90 ਦਿਨ ਦਾ ਕੇਅਰ ਪ੍ਰੋਗਰਾਮ ਚੱਲਦਾ ਪਿਆ। ਜੇ 90 ਦਿਨ ਦਾ ਕੇਅਰ ਕਰ ਲੂਗਾ ਫਾਰਮਰ, ਤਾਂ ਉਹ ਸਾਰਾ ਸਾਲ ਸੂਆ ਆਸਾਨ ਅਤੇ ਵਧੀਆ ਲੈ ਸਕਦਾ ਵਾ। ਉਹਦੇ ਵਿੱਚ ਕੀ ਹੁੰਦਾ, 60 ਦਿਨ ਦੇ ਡਰਾਈ ਪੀਰੀਅਡ ਦੇ ਵਿੱਚ ਈਸ਼ਾਨ ਡਰਾਈ ਆ ਜਿਹੜੀ, ਉਹ 40 ਦਿਨ ਪਾਣੀ ਆ। ਉਸ ਤੋਂ ਬਾਅਦ ਆਪਣੀ ਈਸ਼ਾਨ ਕਲੋਜ਼ ਅਪ ਆਉਂਦੀ ਆ, ਇਹ ਸੂਣ ਤੋਂ 21 ਦਿਨ ਪਹਿਲਾਂ, 3 ਹਫ਼ਤੇ ਪਹਿਲਾਂ ਪੈਣੀ ਆ। 2.5 ਕਿਲੋ ਸਵੇਰੇ, 2.5 ਕਿਲੋ ਸ਼ਾਮ ਨੂੰ, 5 ਕਿਲੋ ਪੂਰੇ ਦਿਨ ਦੀ ਡੋਜ਼ ਆ। 20 ਦਿਨਾਂ ਦੇ ਵਿੱਚ 2 ਗੱਟੇ ਲੱਗ ਜਾਂਦੇ ਆ। 2 ਗੱਟਿਆਂ ਨੇ ਤੁਹਾਨੂੰ ਰਿਜ਼ਲਟ ਇਹ ਦੇਣਾ ਕਿ ਪਸ਼ੂ ਦਾ ਜਿਹੜਾ ਚੱਡਾ ਵਾ, ਲੇਵਾ, ਉਹ ਬਣ ਜਾਂਦਾ। ਇਹਦੇ ਨਾਲ ਜੇਰ ਦੀ ਪ੍ਰੋਬਲਮ ਆ, ਉਹ ਸੋਲਵ ਹੋ ਜਾਂਦੀ ਆ। 35 ਮਿੰਟਾਂ ਦੇ ਵਿੱਚ ਆਪਣੀ ਜੇਰ ਪਈ ਸੀਗੀ, ਖਾਲੜਾ ਫਾਰਮ ਆ ਤਰਨ ਤਾਰਨ ਦੇ ਵਿੱਚ, 35 ਮਿੰਟਾਂ ਦੇ ਵਿੱਚ ਜੇਰ ਪੈ ਗਈ ਸੀਗੀ। ਉਸ ਤੋਂ ਬਾਅਦ ਕੀ ਹੋਇੰਦਾ, ਜਦੋਂ ਪਸ਼ੂ ਦਾ ਸੂਆ ਹੋ ਗਿਆ, ਸੂਏ ਤੋਂ ਬਾਅਦ ਉਹਨੂੰ ਪੀਕ ਲੈਵਲ 'ਤੇ ਲੈ ਕੇ ਜਾਣਾ ਹੁੰਦਾ ਵਾ। ਉਹਦੇ ਵਿੱਚ ਆਪਣਾ ਟਰਾਂਸਫਰੈਸ਼ ਆ ਜਾਂਦਾ ਵਾ, ਇਹ 30 ਦਿਨ ਪਾਉਣਾ ਵਾ। ਜਦੋਂ 30 ਦਿਨ ਟਰਾਂਸਫਰੈਸ਼ ਇਸ਼ਾਨ ਦਾ ਪੈ ਜਾਂਦਾ ਵਾ, ਇਹਦੇ ਨਾਲ ਇੱਕਦਮ ਪਸ਼ੂ ਪੀਕ ਲੈਵਲ 'ਤੇ ਪਹੁੰਚ ਜਾਂਦਾ ਵਾ। ਜਿਹਦੇ ਨਾਲ ਕਿ ਜਿੰਨਾ ਪਸ਼ੂ ਦਾ ਪੀਕ ਲੈਵਲ ਉੱਪਰ ਜਾਊਗਾ, ਉਨਾ ਲੰਬਾ ਸੂਆ ਜਾਊਗਾ। ਅਤੇ ਮੇਨ ਜਿਹੜੀ ਆਮਦਨ ਆ ਫਾਰਮਰ ਨੂੰ, ਉਹ ਦੁੱਧ ਤੋਂ ਹੀ ਆ। ਜਿੰਨਾ ਟਾਈਮ ਪਸ਼ੂ ਲੰਬਾ ਟਾਈਮ ਦੁੱਧ ਦੇਊਗਾ, ਉਨਾ ਟਾਈਮ ਉਹਨੂੰ ਆਮਦਨ ਆ। ਬੱਚੀਆਂ ਵਾਸਤੇ, ਕੱਟੀਆਂ ਬੱਚੀਆਂ ਜੇ ਤਿਆਰ ਕਰਨੀਆਂ ਵਾ, ਈਸ਼ਾਨ ਕਫ ਕੇਅਰ ਆਉਂਦਾ ਵਾ, ਇਹ 6 ਮਹੀਨੇ ਤੱਕ ਪੈਂਦਾ ਵਾ, ਠੀਕ ਹੈ, 7 ਦਿਨ ਤੋਂ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਆਪਣਾ ਆ ਜਾਂਦਾ ਵਾ ਈਸ਼ਾਨ ਹਿਫਰ, 6 ਮਹੀਨੇ ਤੋਂ ਲੈ ਕੇ ਆਸ ਹੋਣ ਤੱਕ ਆਪਣਾ ਇਹ ਪੈਂਦਾ ਵਾ। 12 ਤੋਂ 14 ਮਹੀਨੇ ਦੇ ਵਿੱਚ ਪਸ਼ੂ AI ਹੋ ਜਾਂਦਾ ਵਾ। ਆਹ ਆਪਣੇ ਟਰਾਇਲ ਲੱਗਿਆ ਸਾਹੋ ਕੇ, ਆਹ ਹਰਿਆਣੇ ਦੇ ਆ, 2 ਨੀਲੋਖੇੜੀ ਦੇ ਫਾਰਮ, ਇੱਥੇ ਆਪਣੇ ਟਰਾਇਲ ਲੱਗੇ ਸੀਗੇ। ਕੋਈ 8 ਮਹੀਨੇ ਦਾ, ਕੋਈ 9 ਮਹੀਨੇ ਦਾ ਬੱਚੀ ਆ। ਜੇ ਕਿਸੇ ਬਾਈ ਨੇ ਕਨੈਕਟ ਕਰਨਾ ਹੋਵੇ, ਫੀਲਡ ਬਾਰੇ ਕੋਈ ਪੁੱਛਣਾ ਹੋਵੇ, ਤਾਂ ਬਾਈ ਉਹਨਾਂ ਨਾਲ ਗੱਲਬਾਤ। ਇਹ 6 ਮਹੀਨੇ ਦੀ ਬੱਚੀ ਆ, ਇਹ ਹਾਈਪਰ ਪੈ ਰਿਹਾ, 6 ਮਹੀਨੇ ਦੀ ਬੱਚੀ ਆ ਬਾਈ ਕਹਿੰਦਾ। ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ, ਆਹ ਬਾਈਆਂ ਦੇ ਫੀਲਡ ਦੇ ਸੈਂਪਲ ਲਾ ਲਈਏ। ਠੀਕ ਹੈ ਬਾਈ, ਲਾਓ ਵੀ। ਹੁਣ ਆ ਗਏ ਆਪਾਂ ਸਾਧੂ ਸਿੰਘ। ਹਾਂ, ਸੁੱਤੇ ਖਿੱਲਾਂ ਗਾ ਸਾਧੂ ਸਿੰਘ ਸੰਗਰ ਹੀ ਆ। ਇਹ 2 ਬ੍ਰਾਂਚਾਂ ਨੇ, ਸਾਧੂ ਸਿੰਘ ਤੇ ਸਰਵਣ ਸਿੰਘ। ਹਾਂ, ਇਹ ਅੱਡੋ ਅੱਡ ਨੇ ਦੋਹਾਂ ਦੀ, ਹੈ ਨਾ? ਠੀਕ ਹੈ, ਠੀਕ ਹੈ। ਕੁਆਲਿਟੀ ਸਮਾਨ ਪੂਰਾ ਟੌਪ ਦਾ ਹੁੰਦਾ ਇਹਨਾਂ ਦਾ। ਆਪਾਂ ਇਹਨਾਂ ਦਾ ਕੀ ਯੂਜ਼ ਕਰਿਆ ਦੀ, ਪਲਾਓ ਯੂਜ਼ ਕਰਿਆ ਦੀ? ਪਲਾਓ ਵੀ ਆ, ਹਲ ਵੀ ਨੇ ਬੱਬੀ ਬਾਈ ਕੋਲ 13। ਹਾਂ, ਅਤੇ ਹੈਪੀ ਬਾਈ ਉਹਨੇ ਵੀ ਲੈ ਕੇ ਆਏ ਨੇ ਹੁਣ 13। ਸਹੀ ਗੱਲ ਆ, ਟੈਸਟਿੰਗ ਕਰੀ ਦੀ ਆਪਾਂ ਇਹਨਾਂ ਦੀ, ਵਧੀਆ ਹੈ ਚੀਜ਼, ਕੁਆਲਿਟੀ ਇਹਨਾਂ ਦੀ। ਜਿੰਦਰਾ ਪਿਆ, ਜੋ ਆਪਾਂ ਜਿੰਦਰਾ ਦੇਖੀਏ, ਜਿੰਦਰੇ ਕਿੰਨੇ ਨੂੰ ਜਾਂਦੇ ਨੇ ਆਪਣੇ ਚੋਬਰ। ਅਤੇ ਆਹ ਸਿੰਗਲ ਹਾਲੇ ਕੀ ਰੇਟ ਆ ਦਾ ਜੀ? 18,000। ਮੇਲਾ ਲੈਸ 2,000, 20,000 ਦਾ ਕਹਿੰਦੇ। ਕਿੱਥੇ ਪਿਆ ਜਿੰਦਰਾ? ਆਹ ਪਿਆ ਅਸਲ ਮੇਲਾ ਹੀ, ਜਿੰਦਰੇ ਦੇ ਆਲੇ ਦੁਆਲੇ ਲੱਗਿਆ ਪਿਆ ਕਹਿੰਦੇ। ਲੈ ਵੀ ਸੱਤੇ ਸਾਈਡ ਦੇ ਤਾਂ ਉਹ ਜਿੰਦਾ ਦਿਖਾ ਤਾਂ ਦਈਏ, ਐਡਜਸਟਮੈਂਟ ਵਾਲਾ। 34,000 ਰੁਪਏ, 34,000 ਰੁਪਏ ਦਾ। 36,000 ਦਾ ਡਿਲੀਵਰੀ ਫ੍ਰੀ ਆ। ਠੀਕ ਹੈ, ਮੇਲੇ ਕਰਕੇ ਡਿਸਕਾਊਂਟ ਚੱਲ ਰਿਹਾ ਥੋੜਾ ਜਿਹਾ।
ਅਤੇ ਬਾਕੀ ਕੁਆਲਿਟੀ ਵੀ ਹੈਗੀ ਆ ਜੀ ਇਹ 'ਚ ਯਾਰ, ਜਿਹੋ ਜਿਹਾ ਰੇਟ ਹੁੰਦਾ ਉਹੋ ਜਿਹੀ ਕੁਆਲਿਟੀ ਹੁੰਦੀ ਆ, ਅਤੇ ਆਹ ਪਲੌਰ ਇਹਨਾਂ ਦੇ ਕੁਆਲਿਟੀ ਦਿਖਾਉਣੀ ਹਰੇਕ ਚੀਜ਼ ਚ ਕੁਆਲਿਟੀ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਖਾਲਸਾ ਸਾਈਡ ਦਾ।